हेलो स्टूडेंट्स, आज असी इस वीडियो दे विच करांगे डिस्टेंस। पिछली वीडियो दे विच मैं तुहानू जिहड़ा आ मैप बारे काफ़ी जिहड़ा दस्या सी उहदीआं टाइप्स बारे कि और मैप ते ग्लोब दा की फर्क हुंदा आ, किहड़े किहड़े कंपोनेंट्स हुंदे ने मैप दे, उहनां बारे भी दस्या सीगा। कंपोनेंट्स जिहड़े मैप दे तुहानू दस्से सी जिवें कि डिस्टेंस, डायरैक्शन ते सिंबल, जिहड़े तीन मुख कंपोनेंट हुंदे आ किसी भी मैप दे। अज असी इस वीडियो दे विच डिस्टेंस बारे ही पढ़ांगे। मैप्स आर ड्राइंग्स विच रिड्यूस द इंटायर वर्ल्ड और ए पार्ट ऑफ इट टू फिट ऑन ए शीट ऑफ पेपर। मैप जिहड़ा की हुंदा, एक ड्राइंग हुंदी आ, असीं इहनूं पेपर दे उपर ड्रॉ कर सकते हैं, पूरे वर्ल्ड नूं जां एक किसी पार्ट नूं जिहड़ा आ शीट दे उपर जिहड़ा फिट किया जा सकता, पेपर दे उत्ते ड्रॉ किया जा सकता आ। और वी कैन से मैप्स आर ड्रॉन टू रिड्यूस्ड स्केल्स, but this reduction is done very carefully so that the distance between the places is real। ਜਾਂ ਅਸੀਂ ਕਹਿ ਸਕਦੇ ਹਾਂ ਕਿ ਮੈਪ ਜਿਹੜਾ ਆ ਉਹਨੂੰ ਡਰਾ ਕੀਤਾ ਜਾ ਸਕਦਾ ਆ ਰਿਡਿਊਸ ਕਰਕੇ ਸਕੇਲਸ ਦੇ ਉੱਪਰ। ਬਟ ਇਹ ਜਿਹੜੀ ਰਿਡਕਸ਼ਨ ਆ ਇਹਨੂੰ ਬਹੁਤ ਹੀ ਕੇਅਰਫੁਲੀ ਜਿਹੜਾ ਆ ਉਹ ਕੀਤਾ ਜਾਂਦਾ ਆ। ਜਿਹੜਾ ਡਿਸਟੈਂਸ ਜਿਹੜਾ ਆ ਕਿਸੇ ਵੀ ਜਗ੍ਹਾ ਦਾ ਉਹ ਆਪਣੇ ਹਿਸਾਬ ਦੇ ਨਾਲ ਨਹੀਂ ਅਸੀਂ ਵੱਧ ਘੱਟ ਕਰ ਸਕਦੇ, ਉਹ ਰੀਅਲ ਹੀ ਹੋਣਾ ਚਾਹੀਦਾ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੀ ਦੂਰੀ ਕਿੰਨੀ ਆ। ਇਟ ਕੈਨ ਓਨਲੀ ਬੀ ਪੋਸੀਬਲ ਵੈਨ ਆ ਸਮਾਲ ਡਿਸਟੈਂਸਿਸ ਔਨ ਪੇਪਰ ਰੀਪ੍ਰਜੈਂਟਸ ਆ ਲਾਰਜ ਡਿਸਟੈਂਸ ਔਨ ਦਾ ਗਰਾਊਂਡ। ਇਹ ਤਾਂ ਹੀ ਪੋਸੀਬਲ ਹੋ ਸਕਦਾ ਆ ਜਦੋਂ ਜਿਹੜਾ ਛੋਟਾ ਡਿਸਟੈਂਸ ਆ ਉਹਨੂੰ ਪੇਪਰ ਦੇ ਉੱਪਰ ਜਦੋਂ ਅਸੀਂ ਡਰਾ ਕਰਨਾ ਆ ਰੀਪ੍ਰਜੈਂਟ ਕਰਨਾ ਆ, ਅਤੇ ਵੱਡੇ ਡਿਸਟੈਂਸ ਨੂੰ ਜਿਹੜਾ ਗਰਾਊਂਡ ਦਾ ਆ ਉਹਨੂੰ ਅਸੀਂ ਸਮਾਲ ਡਿਸਟੈਂਸ ਦੇ ਵਿੱਚ ਉਹ ਰੀਪ੍ਰਜੈਂਟ ਕਰ ਸਕੀਏ। ਦੇਅਰਫੋਰ ਆ ਸਕੇਲ ਇਜ਼ ਚੋਜ਼ਨ ਫੋਰ ਦਿਸ ਪਰਪਸ। ਸਕੇਲ ਇਜ਼ ਆ ਦਾ ਰੇਸ਼ੋ ਬਿਟਵੀਨ ਦਾ ਐਕਚੁਅਲ ਡਿਸਟੈਂਸ ਔਨ ਦਾ ਗਰਾਊਂਡ ਐਂਡ ਦਾ ਡਿਸਟੈਂਸ ਸ਼ੋਨ ਔਨ ਦਾ ਮੈਪ। ਇਸ ਪਰਪਸ ਦੇ ਵਾਸਤੇ ਅਸੀਂ ਸਕੇਲ ਦੀ ਜਿਹੜੀ ਆ ਵਰਤੋਂ ਕਰਦੇ ਹਾਂ। ਸਕੇਲ ਕੀ ਹੁੰਦਾ ਆ, ਇਹ ਰੇਸ਼ੋ ਹੁੰਦੀ ਆ ਐਕਚੁਅਲ ਜਿਹੜਾ ਡਿਸਟੈਂਸ ਆ ਔਰ ਜਿਹੜਾ ਗਰਾਊਂਡ ਡਿਸਟੈਂਸ ਜਿਹੜਾ ਆ ਜਿਹੜਾ ਮੈਪ ਦੇ ਵਿੱਚ ਜਿਹੜਾ ਆ ਦਿਖਾਇਆ ਜਾਣਾ ਆ, ਉਹ ਸਾਰੀ ਰੇਸ਼ੋ ਜਿਹੜੀ ਆ ਦੇ ਨਾਲ ਹੀ ਅਸੀਂ ਜਿਹੜਾ ਆ ਮੈਪ ਦੇ ਉੱਥੇ ਡਰਾਇੰਗ ਦੇ ਉੱਪਰ ਜਿਹੜਾ ਦਿਖਾਉਂਦੇ ਹਾਂ ਮੈਪ ਜਦੋਂ ਅਸੀਂ ਡਰਾ ਕਰਦੇ ਹਾਂ। ਫੋਰ ਐਗਜ਼ਾਮਪਲ ਵੇਖੋ ਕਿ ਡਿਸਟੈਂਸ ਜਿਹੜਾ ਹੈ ਬਿਟਵੀਨ ਯੂਅਰ ਸਕੂਲ ਐਂਡ ਯੂਅਰ ਹੋਮ ਇਜ਼ 10 ਕਿਲੋਮੀਟਰ। ਹੁਣ ਤੁਹਾਡੇ ਘਰ ਦਾ ਅਤੇ ਤੁਹਾਡੇ ਸਕੂਲ ਦਾ ਜਿਹੜਾ ਆ ਵਿਚਕਾਰਲਾ ਡਿਸਟੈਂਸ ਜਿਹੜਾ ਆ ਉਹ ਹੈਗਾ ਆ 10 ਕਿਲੋਮੀਟਰ। ਇਫ ਯੂ ਸ਼ੋ ਦਿਸ 10 ਕਿਲੋਮੀਟਰ ਡਿਸਟੈਂਸ ਬਾਈ 2 ਸੈਂਟੀਮੀਟਰ ਔਨ ਆ ਮੈਪ। ਹੁਣ ਇਹ ਨਹੀਂ ਆ ਕਿ ਅਸੀਂ ਇੱਕ ਮੈਪ ਬਣਾਇਆ ਤੁਹਾਡੇ ਘਰ ਤੋਂ ਲੈ ਕੇ ਸਕੂਲ ਤੱਕ ਦਾ, ਅਤੇ ਅਸੀਂ ਜਿਹੜਾ 10 ਕਿਲੋਮੀਟਰ ਲੰਬਾ ਫਾਸਲਾ ਜਿਹੜਾ ਆ ਸ਼ੀਟ ਦੇ ਉੱਪਰ ਉਹ ਨਹੀਂ ਸ਼ੋ ਕਰ ਸਕਦੇ। ਸੋ ਉਹਦੇ ਵਾਸਤੇ ਜਿਹੜਾ ਆ ਛੋਟਾ ਇਸ ਤਰ੍ਹਾਂ ਦਾ ਜਿਹੜਾ ਡਿਸਟੈਂਸ ਹੁੰਦਾ ਆ ਜਦੋਂ ਮੈਪ ਦੇ ਉੱਪਰ ਉਹਨੂੰ ਦਿਖਾਉਣਾ ਆ, 10 ਕਿਲੋਮੀਟਰ ਦਾ ਜੇ ਮੰਨ ਲਓ ਫਾਸਲਾ ਆ ਅਤੇ ਮੈਪ ਦੇ ਵਿੱਚ ਅਸੀਂ 2 ਸੈਂਟੀਮੀਟਰ, ਸਕੇਲ ਦਾ ਕਿੰਨਾ ਲੈਣਾ, ਸਿਰਫ 2 ਸੈਂਟੀਮੀਟਰ ਸਕੇਲ ਦੇ ਉੱਪਰ ਲਿਖੇ ਹੁੰਦੇ ਸੈਂਟੀਮੀਟਰਸ। ਸੋ ਇੰਨਾ ਕੁ ਜਿਹੜਾ ਥੋੜ੍ਹਾ ਜਿਹਾ ਜਿਹੜਾ ਤੁਸੀਂ ਵੇਖੋਗੇ ਕਿ ਹਿੱਸਾ ਜਿਹੜਾ ਆ ਉਹ ਅਸੀਂ ਡਰਾ ਜਿਹੜਾ ਕਰਦੇ ਹਾਂ 10 ਕਿਲੋਮੀਟਰ ਵਾਸਤੇ ਸਿਰਫ 2 ਸੈਂਟੀਮੀਟਰ। ਇਟ ਮੀਨਸ 1 ਸੈਂਟੀਮੀਟਰ ਜੇ ਅਸੀਂ ਲੈਂਦੇ ਹਾਂ ਸਕੇਲ ਦਾ ਅਤੇ ਮੈਪ ਵਿਲ ਸ਼ੋ 5 ਕਿਲੋਮੀਟਰ। ਜੇ ਸਕੇਲ ਦੇ ਨਾਲ ਅਸੀਂ ਜਦੋਂ ਮਾਪਦੇ ਹਾਂ 1 ਸੈਂਟੀਮੀਟਰ ਦਾ ਜਿਹੜਾ ਆ ਉਹ ਨਿਸ਼ਾਨ ਲਗਾਉਂਦੇ ਹਾਂ ਅਤੇ ਇਹਦਾ ਮਤਲਬ 1 ਸੈਂਟੀਮੀਟਰ ਰੀਪ੍ਰਜੈਂਟ ਕਰਦਾ ਆ 5 ਕਿਲੋਮੀਟਰ ਨੂੰ। 1 ਸੈਂਟੀਮੀਟਰ ਬਰਾਬਰ 5 ਕਿਲੋਮੀਟਰ ਔਨ ਦਾ ਗਰਾਊਂਡ। ਦਾ ਸਕੇਲ ਆਫ ਯੂਅਰ ਡਰਾਇੰਗ ਵਿਲ ਬੀ 1 ਸੈਂਟੀਮੀਟਰ ਈਕੁਅਲ ਟੂ 5 ਕਿਲੋਮੀਟਰ। ਜਿਹੜਾ ਸਕੇਲ ਤੁਸੀਂ ਲਿਆ ਡਰਾਇੰਗ ਕਰਨ ਵਾਸਤੇ ਜਿਹੜਾ ਆ ਉਹ 1 ਸੈਂਟੀਮੀਟਰ ਜਿਹੜਾ ਈਕੁਅਲ ਟੂ ਹੁੰਦਾ ਆ 5 ਕਿਲੋਮੀਟਰ। ਦਾ ਸਕੇਲ ਇਜ਼ ਵੈਰੀ ਇੰਪੋਰਟੈਂਟ ਇਨ ਐਨੀ ਮੈਪ। ਸੋ ਤੁਸੀਂ ਸਮਝ ਹੀ ਗਏ ਹੋਗੇ ਕਿ ਸਕੇਲ ਜਿਹੜਾ ਬਹੁਤ ਹੀ ਇੰਪੋਰਟੈਂਟ ਹੁੰਦਾ ਆ ਮੈਪ ਵਾਸਤੇ। ਸਕੇਲ ਤੋਂ ਬਿਨਾਂ ਮੈਪ ਡਰਾ ਨਹੀਂ ਕੀਤਾ ਜਾ ਸਕਦਾ, ਸਹੀ ਡਿਸਟੈਂਸ ਜਿਹੜਾ ਆ ਉਹ ਨਹੀਂ ਦੱਸਿਆ ਜਾ ਸਕਦਾ। ਇਫ ਯੂ ਨੋ ਦਾ ਸਕੇਲ ਯੂ ਵਿਲ ਬੀ ਏਬਲ ਟੂ ਕੈਲਕੂਲੇਟ ਦਾ ਡਿਸਟੈਂਸ ਬਿਟਵੀਨ ਐਨੀ 2 ਪਲੇਸਿਸ ਔਨ ਏ ਮੈਪ। ਜੇ ਤੁਹਾਨੂੰ ਸਕੇਲ ਦੀ ਵਰਤੋਂ ਬਾਰੇ ਪਤਾ ਆ ਕਿ ਮੈਪ ਦੇ ਉੱਪਰ ਸਕੇਲ ਜਿਹੜਾ ਕਿਸ ਤਰੀਕੇ ਨਾਲ ਵਰਤਿਆ ਜਾਂਦਾ ਆ, ਤਾਂ ਤੁਸੀਂ ਕੈਲਕੂਲੇਟ ਕਰ ਸਕਦੇ ਜੋ ਕਿਸੇ ਵੀ 2 ਜਗ੍ਹਾ ਦਾ ਆਪਸੀ ਜਿਹੜਾ ਡਿਸਟੈਂਸ ਆ ਉਹਨੂੰ ਬੜੀ ਆਸਾਨੀ ਦੇ ਨਾਲ ਮਾਪ ਸਕਦੇ ਜੋ। ਜੇ ਤੁਹਾਨੂੰ ਪਤਾ ਲੱਗ ਗਿਆ ਕਿ ਇੱਥੇ 1 ਸੈਂਟੀਮੀਟਰ ਦਿੱਤਾ, ਇਹਦਾ ਮਤਲਬ ਆ ਕਿ ਇਹ 5 ਕਿਲੋਮੀਟਰ ਦਾ ਫਾਸਲਾ ਆ। ਵੈਨ ਲਾਰਜ ਏਰੀਆ ਲਾਈਕਸ ਕੰਟੀਨੈਂਟਸ ਔਰ ਕੰਟਰੀਜ਼ ਆਰ ਟੂ ਬੀ ਸ਼ੋਨ ਔਨ ਏ ਪੇਪਰ ਦੈਨ ਵੀ ਯੂਜ਼ ਆ ਸਮਾਲ ਸਕੇਲ।
ਜਦੋਂ ਵੱਡੀਆਂ ਜਿਹੜੀਆਂ ਬਾਡੀਜ਼ ਆ ਵੱਡੇ ਏਰੀਏਜ਼ ਜਿਹੜੇ ਆ ਉਹ ਦੱਸਣੇ ਹੁੰਦੇ ਮੈਪ ਦੇ ਉੱਪਰ, ਜਿਵੇਂ ਕਿ ਕੰਟੀਨੈਂਟਸ ਹੁੰਦੇ ਆ, ਕੰਟਰੀਜ਼ ਦਾ ਮੈਪ ਜਿਹੜਾ ਹੁੰਦਾ ਆ ਉਹ ਜਦੋਂ ਪੇਪਰ ਦੇ ਉੱਪਰ ਡਰਾ ਕਰਨਾ ਆ ਉੱਥੇ ਸਮਾਲ ਸਕੇਲ ਦੀ ਵਰਤੋਂ ਹੁੰਦੀ ਆ। ਫੋਰ ਐਗਜ਼ਾਮਪਲ 5 ਸੈਂਟੀਮੀਟਰ ਦਾ ਤੁਸੀਂ ਜਿਹੜਾ ਸਕੇਲ ਅਤੇ ਫਾਸਲਾ ਜਿਹੜਾ ਮਾਪਿਆ, 5 ਸੈਂਟੀਮੀਟਰ ਜਿਹੜਾ ਆ ਉਹ ਸ਼ੋ ਕਰਦਾ ਆ 500 ਕਿਲੋਮੀਟਰ ਨੂੰ, ਕਿਉਂਕਿ ਕੰਟਰੀਜ਼ ਦਾ ਬਹੁਤ ਜ਼ਿਆਦਾ ਏਰੀਆ ਹੁੰਦਾ ਆ, ਕੰਟੀਨੈਂਟਸ ਦਾ ਬਹੁਤ ਜ਼ਿਆਦਾ ਏਰੀਆ ਹੁੰਦਾ ਆ, ਇਸ ਕਰਕੇ ਅਸੀਂ ਥੋੜ੍ਹੇ ਥੋੜ੍ਹੇ ਕਿਲੋਮੀਟਰਸ ਦੇ ਵਿੱਚ ਉਹਨੂੰ ਨਹੀਂ ਮਾਪ ਸਕਦੇ। ਸਕੇਲ ਜਿਹੜਾ 5 ਸੈਂਟੀਮੀਟਰ ਦਾ ਲਿਆ ਗਿਆ ਉਹਦਾ ਮਤਲਬ ਹੁੰਦਾ ਆ 500 ਕਿਲੋਮੀਟਰ ਆਫ ਦਾ ਗਰਾਊਂਡ। ਇਟ ਇਜ਼ ਕਾਲਡ ਆ ਸਮਾਲ ਸਕੇਲ ਮੈਪ, ਇਹਨੂੰ ਸਮਾਲ ਸਕੇਲ ਮੈਪ ਕਿਹਾ ਜਾਂਦਾ ਆ। ਵੈਨ ਆ ਸਮਾਲ ਏਰੀਆ ਲਾਈਕ ਯੂਅਰ ਵਿਲੇਜ ਆਰ ਟਾਊਨ ਇਜ਼ ਟੂ ਬੀ ਸ਼ੋਨ ਔਨ ਪੇਪਰ, ਦੈਨ ਵੀ ਯੂਜ਼ ਆ ਲਾਰਜ ਸਕੇਲ ਦੈਟ ਇਜ਼ 5 ਸੈਂਟੀਮੀਟਰ। ਜਦੋਂ ਸਮਾਲ ਏਰੀਆ ਜਿਵੇਂ ਤੁਸੀਂ ਆਪਣੇ ਪਿੰਡ ਦਾ ਮੈਪ ਬਣਾਉਣਾ ਆ ਜਾਂ ਕਿਸੇ ਟਾਊਨ ਦਾ ਮੈਪ ਬਣਾਉਣਾ ਪੇਪਰ ਦੇ ਉੱਪਰ, ਉਦੋਂ ਜਿਹੜਾ ਲਾਰਜ ਸਕੇਲ ਮੈਪ ਵਰਤਿਆ ਜਾਂਦਾ ਆ। ਲਾਰਜ ਸਕੇਲ ਜਿਹੜਾ ਦਾ ਕੀ ਮਤਲਬ ਆ, ਉਹਦੇ ਵਿੱਚ 5 ਸੈਂਟੀਮੀਟਰ ਜਿਹੜਾ ਹੁੰਦਾ ਆ ਉਹ ਸ਼ੋ ਕਰਦਾ ਆ 500 ਮੀਟਰ ਨੂੰ, ਓਨਲੀ ਔਨ ਦਾ ਗਰਾਊਂਡ। ਇਟ ਇਜ਼ ਕਾਲਡ ਆ ਲਾਰਜ ਸਕੇਲ ਮੈਪ, ਇਹਨੂੰ ਲਾਰਜ ਸਕੇਲ ਮੈਪ ਕਿਹਾ ਜਾਂਦਾ ਹੈ। ਲਾਰਜ ਸਕੇਲ ਮੈਪਸ ਗਿਵ ਮੋਰ ਇਨਫੋਰਮੇਸ਼ਨ ਦੈਨ ਸਮਾਲ ਸਕੇਲ ਮੈਪਸ। ਲਾਰਜ ਸਕੇਲ ਮੈਪ ਜਿਹੜਾ ਹੁੰਦਾ ਇਹ ਸਾਨੂੰ ਜ਼ਿਆਦਾ ਇਨਫੋਰਮੇਸ਼ਨ ਦਿੰਦਾ ਆ ਸਮਾਲ ਸਕੇਲ ਮੈਪਸ ਦੇ ਨਾਲੋਂ, ਵੱਧ ਕੇ ਜਿਹੜੀ ਆ ਸਾਡੀ ਸਹਾਇਤਾ ਕਰਦਾ ਹੈ। ਥੈਂਕ ਯੂ ਫੋਰ ਵਾਚਿੰਗ ਵੀਡੀਓ।